ਸ਼ਾਤਰੀਆ ਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਪੀਵੀ ਤੇ ਮੈਂ ਹਾ ਜੱਜ ਸਿੰਘ ਚਾਹਲ 6 ਨਵੰਬਰ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਲਈ ਕੁਝ ਅਹਿਮ ਫੈਸਲੇ ਲੈਣ ਦਾ ਕੰਮ ਮਾਨ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਇਸ ਕੈਬਨਿਟ ਬੈਠਕ ਦੇ ਵਿੱਚ ਮਾਨ ਸਰਕਾਰ ਨੇ ਕੀਤੀ ਹੈ ਮੁੱਖ ਤੌਰ ਤੇ ਸਰਕਾਰ ਦੇ ਵੱਲੋਂ ਪੰਜ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਲਈ ਲਏ ਗਏ ਹਨ ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾ ਅਤੇ ਵੱਡਾ ਫੈਸਲਾ ਮਾਨ ਸਰਕਾਰ ਦੇ ਵੱਲੋਂ ਲਿਆ ਗਿਆ ਸੂਬੇ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਦੀ ਸ਼ੁਰੂਆਤ ਸਰਕਾਰ ਦੇ ਵੱਲੋਂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਹਨਾਂ ਫੈਸਲਿਆਂ ਦੇ ਬਾਰੇ ਜਾਣਕਾਰੀ ਲਾਲਜੀਤ ਸਿੰਘ ਪੁੱਲਰਾ ਤੇ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਜਾਣਕਰ ਦਿੱਤੀ ਗਈ ਕਿ ਮੁੱਖ ਮੰਤਰੀ ਤਰੀ ਤੀਰਥ ਯਾਤਰਾ ਗੁਰਪੁਰਬ ਵਾਲੇ ਦਿਨ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਸ ਦੇ ਲਈ ਸਰਕਾਰ ਦੇ ਵੱਲੋਂ 40 ਕਰੋੜ ਰੁਪਏ ਦਾ ਬਜਟ ਰੱਖ ਲਿਆ ਗਿਆ ਹੈ ਸਰਕਾਰ ਨੇ ਇਸ ਦੀ ਪੂਰੀ ਤਿਆਰੀ ਕਰ ਲਈ ਹੈ ਜੋ ਵੱਡੀ ਉਮਰ ਦੇ ਬਜ਼ੁਰਗ ਹਨ ਪੰਜਾਬ ਦੇ ਵਿੱਚ ਉਹਨਾਂ ਨੂੰ ਮੁਫਤ ਤੀਰਥ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ ਉਸੇ ਹੀ ਤਰਜ਼ ਤੇ ਜਿਵੇਂ ਕਿ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਇਹ ਸਕੀਮ ਚਲਾਈ ਗਈ ਸੀ ਬਾਅਦ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਸੀ ਉਹਨਾਂ ਨੇ ਇਹ ਬੰਦ ਕਰ ਦਿੱਤੀ ਸੀ ਅਤੇ ਹੁਣ ਮਾਨ ਸਰਕਾਰ ਦੇ ਵੱਲੋਂ ਇਸ ਸਕੀਮ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹਾਲਾਂਕਿ ਹਰਪਾਲ ਸਿੰਘ ਚਿਮਣ ਨੇ ਆਖਿਆ ਕਿ ਇਸ ਸਕੀਮ ਸਾਡੀ ਸਰਕਾਰ ਦੇ ਵੱਲੋਂ ਨਵੀਂ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਪਰ ਇਹ ਸਕੀਮ ਪੰਜਾਬ ਦੇ ਵਿੱਚ ਪਹਿਲਾਂ ਵੀ ਚੱਲਦੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਇਸ ਨੂੰ ਆ ਕੇ ਬੰਦ ਕਰ ਦਿੱਤਾ ਸੀ ਕਿਉਂਕਿ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਸਨ ਉਹਨਾਂ ਨੇ ਆਖਿਆ ਸੀ ਕਿ ਪੈਸਾ ਪੰਜਾਬ ਦੇ ਕੋਲ ਨਹੀਂ ਹੈ ਬੰਦ ਕਰ ਦਿੱਤੀ ਸੀ ਹੁਣ ਮਾਨ ਸਰਕਾਰ ਦੇ ਵੱਲੋਂ ਗੁਰਪੁਰਬ ਤੇ ਮంత్రి ਤੀਰਥ ਯਾਤਰਾ ਇੱਕ ਵਾਰ ਫਿਰ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਦੇ ਵਿੱਚ ਪੰਜਾਬ ਦੇ ਧਾਰਮਿਕ ਸਥਾਨ ਵੀ ਕਵਰ ਕੀਤੇ ਜਾਣਗੇ ਇਸ ਦੇ ਨਾਲ ਨਾਲ Rajasthan ਦੇ ਵਿੱਚ ਜੋ ਹਨ ਧਾਰਮਿਕ ਸਥਾਨ ਅਤੇ UP ਦੇ ਵਿੱਚ ਜਿਵੇਂ ਕਿ ਵਾਰਾਨਸੀ ਹੈ Rajasthan ਦੇ ਵਿੱਚ ਸਾਲਾ ਸਰ ਹੈ ਉਸ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਜਵਾਲਾਜੀ ਮੰਦਿਰ ਨੈਣਾ ਦੇਵੀ ਮੰਦਿਰ ਇਹ ਸਾਰੇ ਧਾਰਮਿਕ ਸਥਾਨ ਇਸ ਯਾਤਰਾ ਦੇ ਵਿੱਚ ਕਵਰ ਕੀਤੇ ਜਾਣਗੇ ਸਰਕਾਰ ਦੇ ਨੋ ਸਭ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਹੈ ਕੈਬਨਟ ਮੰਤਰੀਆਂ ਦੀ ਇੱਕ ਕਮੇਟੀ ਵੀ ਬਣਾ ਦਿੱਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਸ ਦੇ ਵਿੱਚ ਹੋਰ ਵੀ ਵਧੀਆ ਜੋ ਵੀ ਸ਼ਾਮਲ ਕੀਤਾ ਜਾ ਸਕਦਾ ਹੋਵੇਗਾ ਉਹ ਸਭ ਕਮੇਟੀ ਤਹਿ करेगी ਦੂਜਾ ਵੱਡਾ ਫੈਸਲਾ ਲਿਆ ਗਿਆ ਮਾਨ ਸਰਕਾਰ ਦੇ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਪਾਰੀਆਂ ਲਈ ਕਰ ਦਿੱਤੀ ਗਈ ਹਰਪਾਲ ਸਿੰਘ ਚੀਮਾ ਦੇ ਵੱਲੋਂ ਜਾਣ ਕਰ ਦਿੱਤੀ ਗਈ ਕਿ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਪਾਰੀਆਂ ਨੂੰ ਮਿਲਣ ਲਈ ਆਏ ਸਨ ਬਹੁਤ ਸਾਰੇ ਵਪਾਰੀਆਂ ਨੇ ਇਹ ਗੱਲ ਆਖੀ ਸੀ ਕਿ ਸਾਨੂੰ ਇਹ ਸਮੱਸਿਆ ਆ ਰਹੀ ਹੈ ਜੋ ਸਾਡੇ ਟੈਕਸ ਪੈਂਡਿੰਗ ਪਏ ਹਨ ਉਹਨਾਂ ਦਾ ਨਿਬੇੜਾ ਕੀਤਾ ਜਾਣਾ ਚਾਹੀਦਾ ਹੈ ਹੁਣ ਸਰਕਾਰ ਨੇ ਕੈਬਨਟ ਬੈਠਕ ਦੇ ਵਿੱਚ OTS ਪਾਲਿਸੀ ਨੂੰ ਹਰੀ ਚੰਡੀ ਦੇ ਦਿੰਦੀ ਹੈ ਵਨ ਟਾਈਮ ਸੈਟਲਮੈਂਟ ਭਾਵੇਂ ਜੋ ਵੀ ਤੁਹਾਡੇ ਪੈਸੇ ਸਰਕਾਰ ਦੇ ਵੱਲ ਬਕਾਇਆ ਰਹਿੰਦੇ ਨੇ ਤੁਸੀਂ ਟੈਕਸ ਭਰਨਾ ਹੈ ਉਸ ਦਾ ਨਿਬੇੜਾ ਇੱਕੋ ਵਾਰ ਦੇ ਵਿੱਚ ਹੀ ਕਰ ਦਿੰਨੇ ਆ ਉਸ ਨੂੰ ਨਾਮ ਵਨ ਟਾਈਮ ਸੈਟਲਮੈਂਟ ਦਾ ਦਿੱਤਾ ਜਾਂਦਾ ਹੈ ਹੁਣ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਕਿ ਜਿੰਨਾ ਵਪਾਰੀਆਂ ਦਾ ਟੈਕਸ ਰਹਿੰਦਾ ਹੈ ਸਰਕਾਰ ਦੇ ਵੱਲ 1 ਲੱਖ ਰੁਪਏ ਤੱਕ ਦਾ ਭਾਅ ਉਹਨਾਂ ਨੇ ਸਰਕਾਰ ਨੂੰ 1 ਲੱਖ ਦਾ ਟੈਕਸ ਦੇਣਾ ਹੈ ਉਹਨਾਂ ਦਾ 100% ਦੀ ਟੈਕਸ ਮੁਆਫੀ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਲੱਖ ਰੁਪਿਆ ਟੈਕਸ ਦੇਣਾ ਹੈ ਸਰਕਾਰ ਨੂੰ ਉਹ ਨਾ ਦਿਓ ਖਤਮ ਇਸ ਦੇ ਵਿੱਚ ਇੰਟਰਸਟ ਵੀ ਖਤਮ ਹੈ ਅਤੇ ਜੋ ਜੁਰਮਾਨਾ ਪਿਆ ਉਹ ਵੀ ਖਤਮ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਜਿਨ੍ਹਾਂ ਦਾ ਟੈਕਸ 1 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਭਰਨ ਵਾਲਾ ਰਹਿੰਦਾ ਹੈ ਉਹਨਾਂ ਦਾ 50% ਦੀ ਸਰਕਾਰ ਦੇ ਵੱਲੋਂ ਮੁਆਫ ਕਰ ਦਿੱਤਾ ਗਿਆ ਹੈ ਭਾਵੇਂ ਮੰਨ ਲਓ ਤੁਸੀਂ 1 ਕਰੋੜ ਰੁਪਇਆ ਸਰਕਾਰ ਨੂੰ ਟੈਕਸ ਦੇਣਾ ਹੈ ਨਾ ਦਿਓ ਤੁਸੀਂ ਦਿਓ 50 ਲੱਖ ਰੁਪਏ ਭਾਵ 50% ਦੀ ਟੈਕਸ ਮੁਆਫ ਕਰ ਦਿੱਤਾ ਗਿਆ ਹੈ ਸਰਕਾਰ ਦੇ ਵੱਲੋਂ ਅਤੇ ਨੋ ਡਿਊ ਸਰਟੀਫਿਕੇਟ ਸਰਕਾਰ ਦੇ ਕੋਲੋਂ ਲੈ ਲਓ ਅਤੇ ਆਪਣਾ ਕੰਮ ਤੁਸੀਂ ਸ਼ਾਂਤੀ ਦੇ ਨਾਲ ਕਰੋ ਸਰਕਾਰ ਦੇ ਵੱਲੋਂ ਇਹ ਪਾਲਿਸੀ ਲਾਗੂ ਪੰਜਾਬ ਦੇ ਵਿੱਚ ਕਰ ਦਿੱਤੀ ਗਈ ਹੈ 15 ਨਵੰਬਰ ਤੋਂ ਲੈ ਕੇ ਮਾਰਚ 2024 ਤੱਕ ਇਸ ਸਕੀਮ ਲਾਗੂ ਰਹੇਗੀ ਹਰਪਾਲ ਸਿੰਘ ਚੀਮਾ ਜੋ ਕਿ ਵਿੱਤ ਮੰਤਰੀ ਵੀ ਹਨ ਪੰਜਾਬ ਦੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ 15 ਨਵੰਬਰ ਤੋਂ 15 ਮਾਰਚ ਤੱਕ ਇਹ ਸਕੀਮ ਲਾਗੂ ਰਹੇਗੀ ਇਸ ਦੇ ਨਾਲ 60 ਹਜ਼ਾਰ ਵਪਾਰੀ ਹਨ ਅਜਿਹੇ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਸ ਸਕੀਮ ਦਾ ਫਾਇਦਾ ਹੋਵੇਗਾ ਹਰਪਾਲ ਚੀਮਾ ਨੇ ਇਹ ਜਾਣਕਾਰੀ ਦਿੱਤੀ ਹੈ ਤੀਜਾ ਫੈਸਲਾ ਲਿਆ ਗਿਆ ਸਰਕਾਰ ਦੇ ਵੱਲੋਂ ਜੋ ਜੰਗੀ ਜ਼ਗੀਰ ਹੁੰਦੀ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਫੌਜ ਦੇ ਵਿੱਚ ਸਨ ਅਤੇ ਜੰਗਾਂ ਦੇ ਦੌਰਾਨ ਆਪਣੀਆਂ ਜਾਨਾਂ ਗਵਾ ਚੁੱਕੇ ਸਨ ਜਿਵੇਂ ਕਿ 1962 ਦੀ ਜੰਗ 1971 ਦੀ ਜੰਗ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 10000 ਰੁਪਏ ਸਲਾਨਾ ਜੰਗੀ ਜ਼ਗੀਰ ਮਿਲਦੀ ਹੈ ਸਰਕਾਰ ਦੇ ਵੱਲੋਂ ਸਰਕਾਰ ਨੇ ਉਸ ਨੂੰ ਦੁੱਗਣਾ ਕਰ ਦਿੱਤਾ ਹੈ ਹੁਣ 20000 ਰੁਪਏ ਸਲਾਨਾ ਇਹ ਆਮਦਨ ਜਾਂ ਫਿਰ ਨਗਦ ਮਦਦ ਸਰਕਾਰ ਦੇ ਵੱਲੋਂ ਦਿੱਤੀ ਜਾਇਆ ਕਰੇਗੀ ਇਸ ਨੂੰ ਡਬਲ ਕਰ ਦਿੱਤਾ ਗਿਆ ਹੈ ਚੌਥਾ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਜੋ ਪੈਰਾ ਮਿਲਟਰੀ ਫੋਰਸਾਂ ਦੇ ਜਵਾਨ ਜੰਗਾਂ ਦੇ ਵਿੱਚ ਜੋ ਅਪਾਹੇਜ ਹੋ ਜਾਂਦੇ ਨੇ ਨਕਾਰਾ ਹੋ ਜਾਂਦੇ ਨੇ ਉਹਨਾਂ ਨੂੰ ਜੋ ਰਾਸ਼ੀ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਉਸ ਨੂੰ ਵੀ ਦੁੱਗਣਾ ਕਰਨ ਦਾ ਫੈਸਲਾ ਸਰਕਾਰ ਨੇ ਲੈ ਲਿਆ ਏ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਜੋ 76 ਫੀਸਦੀ ਤੋਂ ਲੈ ਕੇ 100 ਫੀਸਦੀ ਤੱਕ ਅਪਾਹੇਜ ਹੋ ਜਾਂਦੇ ਨੇ ਉਹਨਾਂ ਨੂੰ 20 ਲੱਖ ਰੁਪਏ ਪਹਿਲਾਂ ਦਿੱਤਾ ਜਾਂਦਾ ਸੀ ਹੁਣ 40 ਲੱਖ ਰੁਪਏ ਦਿੱਤਾ ਜਾਵੇਗਾ ਜੋ 51% ਤੋਂ 75% ਤੱਕ ਨਕਾਰਾ ਹੋ ਜਾਂਦੇ ਸਨ ਉਹਨਾਂ ਨੂੰ ਪਹਿਲਾਂ 10 ਲੱਖ ਦਿੱਤਾ ਜਾਂਦਾ ਸੀ ਡਬਲ ਕਰਕੇ 20 ਲੱਖ ਦਿੱਤਾ ਜਾਵੇਗਾ ਪੰਜਾਬ ਸਰਕਾਰ ਦੇ ਵੱਲੋਂ ਜੋ 25 ਤੋਂ 50% ਨਕਾਰਾ ਹੋ ਜਾਂਦੇ ਨੇ ਜੰਗਾਂ ਦੇ ਵਿੱਚ ਉਹਨਾਂ ਨੂੰ ਪੰਜ ਦਿੱਤਾ ਜਾਂਦੇ ਸੀ ਪਹਿਲਾਂ 5 ਲੱਖ ਰੁਪਇਆ ਹੁਣ ਉਹਨਾਂ ਨੂੰ 10 ਲੱਖ ਰੁਪਇਆ ਦਿੱਤਾ ਜਾਵੇਗਾ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਪੰਜਵਾਂ ਵੱਡਾ ਫੈਸਲਾ ਸਰਕਾਰ ਦੇ ਵੱਲੋਂ ਵਪਾਰੀਆਂ ਅਤੇ ਕਾਨੂੰਗੂਆਂ ਨੂੰ ਲੈ ਕੇ ਲਿਆ ਗਿਆ ਹੈ ਪਟਵਾਰੀਆਂ ਤੇ ਕਾਨੂੰਗੂਆਂ ਦੇ ਨਾਲ ਸਰਕਾਰ ਦਾ ਪੇਚਾ ਪਿਆ ਹੋਇਆ ਹੈ ਪਟਵਾਰੀਆਂ ਨੇ ਕਲਮ ਛੋੜਾ ਹੜਤਾਲ ਕੀਤੀ ਹੋਈ ਹੈ ਅਤੇ ਲੋਕ ਖੱਜਲਖਵਾਰ ਹੋ ਰਹੇ ਨੇ ਵਾਧੂ ਸਰਕਲਾਂ ਦਾ ਚਾਰਜ ਪਟਵਾਰੀਆਂ ਨੇ ਛੱਡਿਆ ਹੋਇਆ ਹੈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਇਹ ਲਿਆ ਸਟੇਟ ਕਾਡਰ ਬਣਾ ਦਿੱਤਾ ਹੈ ਪਟਵਾਰੀਆਂ ਅਤੇ ਕਾਨੂੰਗੂਆਂ ਦਾ ਪਹਿਲਾਂ ਇਹ ਜ਼ਿਲ੍ਹਾ ਕਾਡਰ ਹੁੰਦਾ ਸੀ ਸੌਖੀ ਪਾਸ਼ਾ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਸਰਕਾਰ ਨੇ ਕੀਤਾ ਕੀ ਹੈ ਜ਼ਿਲ੍ਹਾ ਕਾਡਰ ਦਾ ਮਤਲਬ ਹੁੰਦਾ ਹੈ ਕਿ ਜੇਕਰ ਸਰਕਾਰ ਕਿਸੇ ਦਾ ਟਰਾਂਸਫਰ ਕਰਨਾ ਚਾਹੇ ਕਿਸੇ ਦੀ ਬਦਲੀ ਕਰਨਾ ਚਾਹੇ ਤਾਂ ਜ਼ਿਲ੍ਹੇ ਦੇ ਵਿੱਚ ਵਿੱਚ ਹੀ ਕੀਤੀ ਜਾ ਸਕਦੀ ਹੈ ਮੰਨ ਲਓ ਕੋਈ ਜਲੰਧਰ ਜ਼ਿਲ੍ਹੇ ਦਾ ਹੈ ਪਟਵਾਰੀ ਉਸ ਨੂੰ ਜਲੰਧਰ ਤੋਂ ਬਾਹਰ ਟਰਾਂਸਫਰ ਨਹੀਂ ਕੀਤਾ ਜਾ ਸਕਦਾ ਸੀ ਹੁਣ ਸਰਕਾਰ ਨੇ ਇਹ ਪਟਵਾਰੀ ਦਾ ਜੋ ਔਦਦਾ ਹੈ ਪੋਸਟ ਹੈ ਉਸ ਨੂੰ ਸਟੇਟ ਕਾਡਰ ਬਣਾ ਦਿੱਤਾ ਹੈ ਇਸ ਦਾ ਮਤਲਬ ਹੈ ਜੇਕਰ ਜਲੰਧਰ ਦਾ ਕੋਈ ਪਟਵਾਰੀ ਹੈ ਉਸ ਨੂੰ ਫਿਰੋਜ਼ਪੁਰ ਮੁਕਸਰ ਬਠਿੰਡੇ ਕਿਤੇ ਵੀ ਪੰਜਾਬ ਦੇ ਵਿੱਚ ਟਰਾਂਸਫਰ ਕੀਤਾ ਜਾ ਸਕਦਾ ਹੈ ਜ਼ਿਲ੍ਹਾ ਕਾਡਰ ਤੋਂ ਤਬਦੀਲ ਕਰਕੇ ਸਟੇਟ ਕਾਡਰ ਪਟਵਾਰੀ ਅਤੇ ਕਾਨੂੰਗੋਦੀ ਪੋਸਟ ਨੂੰ ਪੰਜਾਬ ਸਰਕਾਰ ਨੇ ਬਣਾ ਦਿੱਤਾ ਹੈ ਪਹਿਲਾਂ ਹੀ ਚਰਚਾਵਾਂ ਚੱਲ ਪਈਆਂ ਸਨ ਕਿ ਪਟਵਾਰੀਆਂ ਅਤੇ ਕਾਨੂੰਗੋਆਂ ਦੇ ਖਿਲਾਫ ਇਹ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ ਕਿਉਂਕਿ ਪਟਵਾਰੀ ਕਾਨੂੰਗੋ ਬਦਲੀ ਤੋਂ ਡਰਦੇ ਨਹੀਂ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਬਦਲੀ ਕਰਨਗੇ ਵੀ ਕਿੱਥੇ ਕਰ ਦੇਣਗੇ ਕਰਨਗੇ ਤਾਂ ਜ਼ਿਲ੍ਹੇ ਦੇ ਵਿੱਚ ਹੀ ਉਦੋਂ ਵੀ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਸਰਕਾਰ ਹੁਣ ਪਟਵਾਰੀਆਂ ਅਤੇ ਕਾਨੂੰਗੂਆਂ ਨੂੰ ਦਬਕਾਉਣ ਦੇ ਲਈ ਸਟੇਟ ਕਾਡਰ ਦੇ ਵਿੱਚ ਤਬਦੀਲ ਕਰ ਸਕਦੀ ਹੈ ਕਿ ਜੇਕਰ ਇੱਕ ਨੂੰ ਡਰਾਵਾ ਦਿੱਤਾ ਕਿ ਗੁਰਦਾਸਪੁਰੋਂ ਚੁੱਕ ਕੇ ਜਾ ਕੇ ਫਿਰੋਜ਼ਪੁਰ ਦੇ ਵਿੱਚ ਬਦਲੀ ਕਰ ਦੇਣੀ ਹੈ ਉਹ ਡਰ ਜਾਏਗਾ ਇਸ ਕਰਕੇ ਕਿਉਂਕਿ ਪਹਿਲਾਂ ਵੀ ਜਿਹੜੇ ਬਹੁਤ ਸਾਰੇ ਵਿਭਾਗ ਨੇ ਸਰਕਾਰੀ ਉਹਨਾਂ ਦੇ ਵਿੱਚ ਅਜਿਹਾ ਹੁੰਦਾ ਹੈ ਟਰਾਂਸਫਰ ਦੇ ਵੀ ਇੱਕ ਵੱਡੀ ਦਾ ਟ੍ਰਾਂਸਫਰ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਹੈ ਪਟਵਾਰੀ ਅਤੇ ਕਾਨੂੰਗੋ ਨੂੰ ਜ਼ਿਲ੍ਹਾ ਕਾਡਰ ਤੋਂ ਸਟੇਟ ਕਾਡਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਵਿੱਤ ਮੰਤਰੀ ਅਰਪਾਲ ਸਿੰਘ ਚੀਮਾ ਕਹਿੰਦੇ ਨੇ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਮੁੱਖ ਤੌਰ ਤੇ ਇਹ ਪੰਜ ਫੈਸਲੇ ਵੱਡੇ ਫੈਸਲੇ ਪੰਜਾਬ ਦੇ ਲੋਕਾਂ ਲਈ ਮਾਨ ਸਰਕਾਰ ਦੇ ਵੱਲੋਂ ਦੀਵਾਲੀ ਤੋਂ ਪਹਿਲਾਂ ਲੈ ਗਏ ਸਨ ਅਤੇ ਸਰਕਾਰ ਨੇ ਆਖਿਆ ਹੈ ਕਿ ਇਹ ਫੈਸਲੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦੇਤੇ ਨੇ رائے ਅਥੇ ਅਸੀਂ ਤੁਹਾਡੀ ਵੀ ਜਾਣ ਲੈਣਾ ਚਾਹੁੰਦੇ ਆ ਕਿ ਪੰਜ ਫੈਸਲੇ ਅਸੀਂ ਤੁਹਾਨੂੰ ਸਰਕਾਰ ਦੇ ਦੱਸ ਦਿੱਤੇ ਨੇ ਇਹਨਾਂ ਫੈਸਲਿਆਂ ਬਾਰੇ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਜੇਕਰ ਅਸੀਂ ਇਸ ਤਰ੍ਹਾਂ ਹੀ ਹਰ ਖਬਰ ਨੂੰ ਪਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਾਂ ਅਗਲੀ ਵਾਰ ਫੇਰ ਆ ਜ਼ਰੂਰ ਆਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ